ਸ਼੍ਰੀ ਮੁਕਤਸਰ ਸਾਹਿਬ ਤੇ ਨਸ਼ੇੜੀਆਂ ਦਾ ਕਹਿਰ, ਸੰਸਕਾਰ ਕਰਨ ਵਾਲੀਆਂ ਪੱਠੀਆਂ ਵਿੱਚ ਬੈਠ ਕੇ ਕਰਦੇ ਨੇ ਚਿੱਟੇ ਦਾ ਨਸ਼ਾ। ਧੜਾਧੜ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨਸ਼ੇੜੀ ਹੁਣ ਚੋਰੀ ਕਰਕੇ ਲੈ ਕੇ ਗਏ ਮੁਰਦੇ ਨੂੰ ਲੈ ਜਾਣ ਵਾਲੀ ਲੋਹੇ ਦੀ ਪੌੜੀ। ਪਹਿਲਵਾਨਾਂ ਦੇ ਅਖਾੜੇ ਤੇ ਵੀ ਕੀਤਾ ਨਸ਼ੇੜੀਆਂ ਨੇ ਹੱਥ ਸਾਫ, ਦੇਸੀ ਘੇ, ਸ਼ੱਕਰ, ਬਰਤਨ ਤੇ ਨਕਦੀ ਤੱਕ ਲੈ ਗਏ ਚੋਰੀ ਕਰਕੇ। ਇਹਦੇ ਹੁਣ ਜੀ 10ਵੀਂ ਵਾਰ ਤਾਲਾ ਤੋੜ, ਕੰਪਲੇਟਾਂ ਵੀ ਲਿਖਾਈਆਂ ਥਾਣੇ, ਕੋਈ ਚੋਰ ਫੜਿਆ ਨਹੀਂ ਗਿਆ, ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਫੜਿਆ, ਅਤੇ ਆਹ 10ਵੀਂ ਵਾਰ ਹੁਣ ਤਾਲਾ ਤੋੜ। ਸਰਿੰਜਾ ਵਗੈਰਾ ਵੀ ਬਹੁਤ ਕੁਛ ਪਈਆਂ ਨੇ ਇੱਥੇ, ਬਾਥਰੂਮ ਖਾਲੀ ਪਿਆ, ਬਾਥਰੂਮ 'ਚ ਜਾ ਲਾਈ ਜਾਂਦਾ, ਬਾਥਰੂਮ ਖਾਲੀ ਹੈ, ਉਹਦੇ ਵਿੱਚ ਜਾ ਕੇ ਮੁੰਡੇ, ਈਵਨ ਇੱਥੋਂ ਤੱਕ ਕਿ ਜਿੱਥੇ ਆਪਾਂ ਡੈੱਡ ਬੋਡੀ ਦਾ ਸੰਸਕਾਰ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਲਾਉਂਦੇ ਪਏ, ਟੀਕੇ ਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸ਼੍ਰੀ ਮੁਕਤਸਰ ਸਾਹਿਬ ਤੋਂ ਨਸ਼ੇੜੀਆਂ ਦੀਆਂ ਰੋਜ਼ ਨਵੀਆਂ ਕਰਤੂਤਾਂ ਸਾਹਮਣੇ ਆਉਂਦੀਆਂ ਨੇ। ਕਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਕਦੇ ਲੁੱਟਖੋ ਦੀਆਂ ਵਾਰਦਾਤਾਂ ਕਰਦੇ ਨੇ, ਜਿਸ ਦੇ ਨਾਲ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਨਿਗਰਾਨੀ ਅਤੇ ਸੁਰੱਖਿਆ ਲਈ ਚਲਾਈਆਂ ਜਾ ਰਹੀਆਂ ਅਲੱਗ ਅਲੱਗ ਮੁਹਿੰਮਾਂ ਅਸਲ ਅਸਲੀਅਤ ਸਾਹਮਣੇ ਆ ਖੜੀ ਹੁੰਦੀ ਹੈ। ਜਦੋਂ ਅਸੀਂ ਗਿੱਦੜਬਾਹਾ ਹਲਕੇ ਵੱਲ ਇੱਕ ਵਾਰ ਨਜ਼ਰ ਘੁਮਾ ਲਈਏ ਤਾਂ ਫੇਰ ਪਤਾ ਚੱਲਦਾ ਹੈ ਕਿ ਆਖਿਰ ਪੁਲਿਸ ਅਤੇ ਪ੍ਰਸ਼ਾਸਨ ਕਿੰਨਾ ਕੀ ਮੁਸ਼ਤੈਦ ਹੈ ਇਹਨਾਂ ਨਸ਼ੇੜੀਆਂ ਨੂੰ ਲੈ ਕੇ ਇਹਨਾਂ ਤੇ ਨੱਥ ਪਾਉਣ ਵਾਸਤੇ, ਕਿਉਂਕਿ ਹਰ ਵਾਰ ਪੁਲਿਸ ਅਤੇ ਪ੍ਰਸ਼ਾਸਨ ਫੇਲ ਹੀ ਨਜ਼ਰ ਆਉਂਦਾ ਹੈ। ਤੁਹਾਨੂੰ ਦੱਸ ਦਈਏ, ਗਿੱਦੜਬਾਹਾ ਵਿਖੇ ਚਿੱਟੇ ਨਸ਼ੇ ਦੇ ਨਸ਼ੇੜੀਆਂ ਦਾ ਬੋਲਬਾਲਾ ਇਸ ਕਦਰ ਵੱਧਦਾ ਜਾ ਰਿਹਾ ਹੈ ਕਿ ਬੀਤੇ 2 ਹਫ਼ਤਿਆਂ ਵਿੱਚ ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਗਈਆਂ ਨੇ, ਪਰ ਜ਼ਿਲ੍ਹੇ ਦੀ ਪੁਲਿਸ ਹਰ ਮਸਲੇ ਉੱਤੇ ਨਲਾਇਕ ਹੀ ਸਾਬਿਤ ਹੋਈ ਹੈ। ਹੁਣ ਤਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਨਲਾਇਕੀ ਵਾਸਤੇ ਜ਼ਿਲ੍ਹਾ ਪੁਲਿਸ ਨੂੰ ਵਰਲਡ ਕੱਪ ਦੇਣਾ ਬਣਦਾ ਹੈ, ਕਿਉਂਕਿ ਕਦੀ ਚੋਰ ਹਾਦਸਾਗ੍ਰਸਤ ਗੱਡੀਆਂ ਦੇ ਪੁਰਜ਼ੇ ਚੋਰੀ ਕਰਕੇ ਲੈ ਜਾਂਦੇ ਨੇ, ਟਾਇਰ ਚੋਰੀ ਕਰਕੇ ਲੈ ਜਾਂਦੇ ਨੇ, ਕਦੇ ਮੁਰਦਾ ਘਰ ਚੋਂ ਮੁਰਦੇ ਦੀਆਂ ਲੱਕੜਾਂ ਚੋਰੀ ਕਰ ਲੈਂਦੇ ਨੇ, ਕਦੇ ਮੈਡੀਕਲ ਸਟੋਰ ਤੋਂ ਸਰਿੰਜਾਂ ਤੇ ਨਕਦੀ ਚੋਰੀ ਕਰ ਲੈਂਦੇ ਨੇ, ਤੇ ਹੁਣ ਜੋ ਹੋਇਆ ਤੁਹਾਡੇ ਸਾਹਮਣੇ ਹੈ। ਇਸ ਤਾਜ਼ੇ ਮਾਮਲੇ ਦੇ ਵਿੱਚ ਇਲਾਕਾ ਵਾਸੀ ਨੇ ਦੱਸਿਆ ਕਿ ਮੁਰਦੇ ਦਾ ਸੰਸਕਾਰ ਕਰਨ ਵਾਲੀਆਂ ਭੱਠੀਆਂ ਦੇ ਵਿੱਚ ਬੈਠ ਕੇ ਇਹਨਾਂ ਨਸ਼ੇੜੀਆਂ ਵੱਲੋਂ ਦਿਨ ਰਾਤ ਨਸ਼ਾ ਕੀਤਾ ਜਾਂਦਾ ਹੈ, ਜਿਸ ਦੇ ਪੁਖਤਾ ਸਬੂਤ ਸ਼ਮਸ਼ਾਨ ਘਾਟ ਇਲਾਕੇ ਵਿੱਚ ਖੁੱਲ੍ਹਿਆਂ ਪਈਆਂ ਹੋਈਆਂ ਵਰਤੀਆਂ ਹੋਈਆਂ ਸਰਿੰਜਾਂ ਨੇ। ਇਸ ਵਾਰ ਚੋਰਾਂ ਨੇ ਮੁਰਦਿਆਂ ਨੂੰ ਲੈ ਜਾਣ ਵਾਲੀ ਲੋਹੇ ਦੀ ਪੌੜੀ ਤੇ ਪਹਿਲਾਂ ਹੱਥ ਸਾਫ਼ ਕੀਤਾ ਅਤੇ ਫਿਰ ਅਖਾੜੇ ਵਿੱਚ ਹੱਥ ਸਾਫ਼ ਕੀਤਾ। ਅਖਾੜੇ ਵਾਲਿਆਂ ਨੇ ਦੱਸਿਆ ਕਿ ਅਖਾੜੇ ਦੇ ਵਿੱਚ ਪਿਆ ਹੋਇਆ ਦੇਸੀ ਘੇ, ਸ਼ੱਕਰ ਅਤੇ ਨਕਦੀ ਹਰ ਕਿਸੇ ਉੱਤੇ ਇਹ ਨਸ਼ੇੜੀ ਆਪਣਾ ਹੱਥ ਸਾਫ਼ ਕਰ ਗਏ। ਇਲਾਕਾ ਵਾਸੀਆਂ ਨੇ ਕਿਹਾ ਕਿ ਤੁਸੀਂ ਦੱਸੋ ਕਿ ਇਸ ਦੀ ਹੁਣ ਅਸੀਂ ਪੁਲਿਸ ਨੂੰ ਕੀ ਸ਼ਿਕਾਇਤ ਕਰੀਏ, ਕਿਉਂਕਿ ਇਸ ਅਖਾੜੇ ਵਿੱਚ ਇਹ ਪਹਿਲੀ ਚੋਰੀ ਨਹੀਂ ਹੈ, 8-10 ਵਾਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ, ਪਰ ਅਜੇ ਤੱਕ ਪੁਲਿਸ ਦੇ ਕੋਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਕਹਿਣ ਵਾਸਤੇ ਕੁਝ ਵੀ ਨਹੀਂ ਹੁੰਦਾ। ਹਾਂਜੀ ਸਰ, ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਜੀ ਬਲਕਰਨ ਸਿੰਘ ਕੁੰਗਰਾ ਉਰਫ ਕਾਕਾ ਪਹਿਲਵਾਨ। ਕਾਕਾ ਜੀ, ਕੀ ਗੱਲ ਕੀ ਹੋਈ ਹੈ? ਇਹ ਜੀ 1983 ਦੇ ਵਿੱਚ ਸਾਡਾ ਅਖਾੜਾ ਬਣਿਆ, 2002 ਦੇ ਵਿੱਚ ਇਹਨੂੰ ਰਜਿਸਟਰਡ ਕਰਵਾਇਆ। ਕੀ ਨਾਮ ਹੈ ਜੀ? ਮਹਾਂਵੀਰ ਕੁਸ਼ਤੀ ਅਖਾੜਾ ਕਲੱਬ ਗਿੱਦੜਬਾਹਾ, 1479 ਨੰਬਰ ਹੈ। ਇਹਦੇ ਹੁਣ ਜੀ 10ਵੀਂ ਵਾਰ ਤਾਲਾ ਟੁੱਟ ਚੁੱਕਿਆ, ਕੰਪਲੇਟਾਂ ਵੀ ਲਿਖਾਈਆਂ ਥਾਣੇ, ਕੋਈ ਚੋਰ ਫੜਿਆ ਨਹੀਂ ਗਿਆ, ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਫੜਿਆ, ਅਤੇ ਆਹ 10ਵੀਂ ਵਾਰ ਹੁਣ ਤਾਲਾ ਟੁੱਟ। ਨਸ਼ੇੜੀ ਲੋਕ ਹੈ, ਸਿਆਣਾ ਬੰਦਾ ਤਾਂ ਕੋਈ ਸਪੋਰਟਸਮੈਨ ਦਾ ਸਮਾਨ ਚੱਕਦਾ ਹੀ ਨਹੀਂ, ਇਹ ਤਾਂ ਨਸ਼ਿਆਂ ਦਾ ਕੰਮ ਹੈ। ਕਿੰਨਾ ਕੁ ਨੁਕਸਾਨ ਹੈ ਜੀ ਹੁਣ ਇਸ ਟਾਈਮ ਜੀ? ਹਾਂਜੀ, ਇਸ ਟਾਈਮ ਜੀ ਆਪਣਾ 5-7 ਕਿਲੋ ਦਾ ਸਾਡਾ ਘਿਓ ਸੀ ਦੇਸੀ, 5 ਕਿਲੋ ਸ਼ੱਕਰ ਸੀ, 15 ਗਲਾਸ ਸੀ ਸਟੀਲ ਦੇ, ਬੱਚਿਆਂ ਨੂੰ ਸ਼ੱਕਰ ਪਿਆਉਣੇ ਆ,
ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਜ਼ੋਰ ਕਰਨ ਤੋਂ ਜਿਹੜੀ ਜੋਤ ਲੱਗਦੀ ਹੈ ਦੇਸੀ ਘਿਓ ਦੀ ਉਸ ਜਿਹੜੇ ਗਰੀਬ ਬੱਚੇ ਉਹਨੂੰ ਖਾਣ ਨੂੰ ਵੀ ਦੇ ਦਿੰਦੇ ਹਾਂ। ਆਹ ਹੋਇਆ ਜੀ ਜਿਹੜਾ ਸਮਾਨ ਹੈ ਪਹਿਲੀ ਵਾਰ ਜਿਹੜਾ ਹੋਇਆ ਜੀ ਦੋ ਸ਼ੀਸ਼ੇ ਸੀ ਵੱਡੇ ਬੱਚੇ ਮਿਹਨਤ ਲਾਉਂਦੇ ਹੁੰਦੇ ਸਾਹਮਣੇ ਉਹਨਾਂ ਦੇ ਅਤੇ ਸੁਹਾਗੀ ਦੇ ਸੰਗਲ ਸੀ ਦੇਗੀ ਸੰਗਲ ਬਹੁਤ ਵਧੀਆ ਕਈ ਵੱਡੀ ਬਣਾਈ ਸੀ ਖਾੜਾ ਕੁੱਟਣ ਵਾਸਤੇ ਅਤੇ ਉਸ ਤੋਂ ਬਾਅਦ ਜਿਹੜੀਆਂ ਚੋਰੀਆਂ ਹੋਈਆਂ ਉਹ ਕਦੇ ਪੈਸੇ ਲੈ ਗਏ ਹੁਣ ਵੀ ਚੜ੍ਹਾਈ ਸੀਗੀ 550 ਰੁਪਇਆ ਇੱਥੇ ਜਿਹੜਾ ਮੱਥਾ ਜੰਤ ਸੰਗਤ ਟੇਕਦੀ ਹੈ ਉਹ ਵੀ ਲੈ ਗਏ ਕਦੇ ਕੋਈ ਫੜਿਆ ਵੀ ਗਿਆ ਕਦੇ ਕੋਈ ਚੋਰੀ ਕਰਦਾ ਨਹੀਂ ਜੀ ਮੈਂ ਆਪ ਇੱਕ ਇੱਕ ਦੋ ਦੋ ਵਜੇ ਗੇੜਾ ਮਾਰਿਆ ਕੋਈ ਧੱਕੇ ਨਹੀਂ ਚੜਿਆ ਹੈਗਾ ਫੜਿਆ ਨਹੀਂ ਗਿਆ ਇਹ ਭੇਤੀ ਬੰਦਾ ਦਾ ਕੰਮ ਹੈ ਜੀ ਆਸੇ ਪਾਸੇ ਹੋ ਜਾਂਦੇ ਅੱਜ ਜੰਗਲ ਤਾਂ ਬਣਿਆ ਪਿਆ ਰਾਤ ਦੇ ਟਾਈਮ 'ਚ ਨਹੀਂ ਪਤਾ ਲੱਗਦਾ ਜਿਵੇਂ ਤੁਹਾਡੀ ਕੋਈ ਸੰਸਥਾ ਬਣੀ ਹੈ ਤੁਸੀਂ ਉਹਦੇ ਲਈ ਕੋਈ ਹੋਰ ਉਪਰਾਲਾ ਵੀ ਕੀਤਾ ਇਹਨੂੰ ਪੜ੍ਹਨ ਪਿੱਛੇ ਜਾਂ ਕੋਈ ਪੁਲਿਸ ਨੂੰ ਪੁਲਿਸ ਨੂੰ ਹਾਂਜੀ ਐਪਲੀਕੇਸ਼ਨ ਦਿੱਤੀਆਂ ਸੀ ਸਾਡੇ ਕੋਲ ਨਕਲਾਂ ਪਈਆਂ ਉਹਨਾਂ ਦੀਆਂ ਕੋਈ ਬੰਦਾ ਫੜ ਕੇ ਵੀ ਫੜਾਇਆ ਗਿਆ ਸੀ ਤੁਹਾਡੇ ਵੱਲੋਂ ਇੱਕ ਵਾਰੀ ਉਹ ਹਾਂ ਹਾਂਜੀ ਹਾਂਜੀ ਉਹ ਆ ਲਈ ਜਾਂਦਾ ਸੀ ਛੱਤਿਆਣੇ ਦਾ ਸੀ ਆਪਣੇ ਜਿਹੜੀ ਤੇ ਆਪਾਂ ਡੈਡ ਬੋਡੀ ਲੈ ਕੇ ਆਉਣਾ ਕੀ ਬੋਲਦੇ ਨੂੰ ਸਿੱਧੀ ਬੋਲਦੇ ਕੀ ਉਹ ਪਹਿਲਾਂ ਉਹਨੇ ਛੱਪੜ ਸਿੱਟੀ ਫਿਰ ਉਹਨੂੰ ਹਰੇ ਵਾਈ ਲੱਗੀ ਸੀ ਮੈਂ ਉੱਥੇ ਰਸਤੇ 'ਚ ਖੜਾ ਸੀ ਇੱਕ ਮੇਰਾ ਬ੍ਰਦਰ ਸੀ ਡੈਥ ਹੋ ਗਈ ਹੁਣ ਉਹਦੀ ਸੁਖਦੇਵ ਸਿੰਘ ਅਸੀਂ ਫੜਿਆ ਉਹਨੂੰ ਫਿਰ ਥਾਣੇ ਫੜਾਇਆ 3 ਦਿਨ ਰੱਖਿਆ ਅਤੇ ਇੱਥੇ ਕਰਨੈਲ ਢਾਬੇ ਦਾ ਬੇਟਾ ਉਹਦੇ ਨਾਲ ਸੀ ਉਹ ਵੀ ਨਸ਼ੇੜੀ ਹੈ ਉਹਦਾ ਸਾਈਕਲ ਸੀ ਕੀ ਮੰਗ ਕੀ ਹੈ ਤੁਹਾਡੀ ਹੁਣ ਇਸ ਟਾਈਮ ਹੁਣ ਸਾਡੀ ਮੰਗ ਹੈ ਜੀ ਚੋਰ ਫੜੇ ਜਾਣ ਸਖਤਾਈ ਹੋ ਗਈ ਪੁਲਿਸ ਵੱਲੋਂ ਲੱਕੜਾਂ ਆਪਣਾ ਸੰਸਕਾਰ ਦੀਆਂ ਸਿੱਟੀਆਂ ਸੀ ਉਹ ਲੱਕੜਾਂ ਵੀ ਚੋਰ ਲੈ ਕੇ ਚੱਕ ਮਿੱਠੂ ਦੀ ਡੈਥ ਹੋਈ ਸੀ ਸਾਡੇ ਪਿੰਡ ਦੇ ਵਿੱਚੋਂ ਲੱਕੜਾਂ ਵੀ ਨਹੀਂ ਛੱਡੀ ਬਹੁਤ ਜ਼ਿਆਦਾ ਜੀ ਕਹਿ ਨਹੀਂ ਸਕਦੇ ਬਾਕੀ ਵਟਸ ਨੂੰ ਦੇਖੇ ਪਤਾ ਹੀ ਲੱਗ ਗਿਆ ਕਈ ਵਾਰੀ ਸਬੂਤ ਪਏ ਹੁੰਦੇ ਆ ਜੀ ਐਨੀ ਟਾਈਮ ਆਈ ਜਾਂਦੇ ਆ ਜੀ ਤਾਂ 5 ਆ ਗਏ 10 ਆ ਗਏ ਮਿਲ ਜਾਣੀ ਕਿ ਮਿਲਦੇ ਹੀ ਆ ਅੱਡਾ ਬਣਾ ਰੱਖਿਆ ਜੀ ਲੈ ਲਿਆ ਲਿਆ ਦਿੰਦੇ ਡਿਲੀਵਰੀਆਂ ਕਰਦੇ ਸਭ ਕੁਛ ਹੁੰਦਾ ਵਿਹੜੇ ਚੋ ਹੀ ਸਾਰਾ ਸ਼ਰਿਆਮ ਹੋਵੇ ਸ਼ਿਕਾਇਤ ਕੀਤੀ ਗਈ ਹੈ ਪੀ ਜੀ ਪੁਲਿਸ ਨੂੰ ਕੋਈ ਕੀਤੀ ਹੋਵੇ ਤੁਸੀਂ ਬਥੇਰੇ ਵਾਰੀ ਪੁਲਿਸ ਨੇ ਥੋੜ੍ਹੇ ਸ਼ਿਕਾਇਤ ਬਥੇਰੀ ਕੀਤੀ ਹੈ ਜੀ ਇੱਕ ਵਾਰ ਬਥੇਰੇ ਕੀਤੀ ਹੈ ਬਥੇਰੇ ਆਉਂਦੇ ਆ ਲਾਉਂਦੇ ਆ ਜਦੋਂ ਕੁਛ ਸ਼ਿਕਾਰ ਹੁੰਦਾ ਜੀ ਕੱਲ੍ਹ ਵੀ ਵੈਸੇ ਪੁਲਿਸ ਨੇ ਰੇਡ ਮਾਰੀ ਹੈ ਜੀ ਪਰ ਉਹ ਸਖ਼ਤ ਕੋਈ ਯਾਦ ਉਹ ਨਹੀਂ ਕਰਦੇ ਐਕਸ਼ਨ ਨਹੀਂ ਕੋਈ ਪ੍ਰੋਪਰ ਐਕਸ਼ਨ ਨਹੀਂ ਕਰਦੇ ਬੁਰਾ ਲੱਗਦਾ ਜੀ ਥਾਂ ਥਾਂ ਪਏ ਜਾਂਦੇ ਪੈਰਾਂ ਵੱਜਣ ਦਾ ਚਾਂਸ ਸੀ ਜਦੋਂ ਇੱਥੇ ਤਾਂ ਤੁਸੀਂ ਅੱਧਾ ਘੰਟਾ ਉਹ ਲੁੱਕ ਕੇ ਪੈ ਜਾਣਾ ਜੀ ਵੀਡੀਓ ਬਣਾਉਣ ਲੱਗ ਜਾਓ ਤੁਹਾਨੂੰ ਤਾਂ ਵੀ ਪਤਾ ਲੱਗ ਜੂਗਾ ਕਿੰਨੀ ਇੱਥੇ ਆ ਕੇ ਬੈਠ ਗਏ ਨਹੀਂ ਸਰਕਾਰਾਂ ਦਾ ਤਾਂ ਕਹਿਣਾ ਹੈਗਾ ਜੀ ਅਸੀਂ ਜਿਹੜੇ ਨਸ਼ੇ ਬੰਦ ਕਰ ਚੁੱਕੇ ਹੈਗੇ ਨਾ ਕੁਛ ਹੀ ਨਹੀਂ ਹੋਇਆ ਕਿੰਨੇ ਕੁ ਪੱਧਰ ਤੇ ਜਿਹੜਾ ਚਿੱਟੇ ਦੀ ਗੱਲ ਕਰੀਏ ਜਾਂ ਹੋਰ ਨਸ਼ੀਲੇ ਪਦਾਰਥ ਕਿੰਨੇ ਕੁ ਪੱਧਰ ਤੇ ਵਿਕਰੇ ਆ ਸੌਖੀ ਹੋ ਜੇ ਮਿਲ ਜਾਂਦੇ ਇੱਥੇ ਜੇ ਕਿਸੇ ਨੇ ਜਿਹੜਾ ਵੀ ਨਸ਼ੇੜੀਆਂ ਨੂੰ ਜਿਹਨਾਂ ਲੈਣੇ ਵਾਧੂ ਜਦੋਂ ਮਰਜ਼ੀ ਆ ਲੈਣੋਂ ਪਾਰ ਸਾਰੇ ਮੁੰਡੇ ਚ ਵਿਕੀ ਜਾਂਦਾ ਇੱਥੇ ਪਿੰਡ ਚ ਵਿਕੀ ਜਾਂਦਾ ਵਾਧੂ 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 ਜੀ ਸਾਰੀ ਜਗ੍ਹਾ ਤੇ ਜਿੰਨੇ ਲਾਉਣ ਵਾਲੇ ਉਹਨੇ ਵੇਚਣ ਵਾਲੇ ਕੀ ਮੰਗ ਕੀ ਹੈ ਹੁਣ ਤੁਹਾਡੀ ਮੰਗਦੇ ਨੂੰ ਠੱਲ ਪੈਣੀ ਚਾਹੀਦੀ ਕੋਈ ਠੋਸ ਉਪਰਾਲੇ ਕਰਨੇ ਚਾਹੀਦੇ ਹੈ ਨਾ ਮੰਨ ਲਾ ਤੁਸੀਂ ਆਪਦੇ ਪੱਧਰ ਤੇ ਵੀ ਜਿਹੜਾ ਮਾਰੇ ਜੀ ਧਿਆਨ ਰੱਖੇ ਜੀ ਪੂਰਾ ਬਈ ਜੇ ਫੜਨ ਦਾ ਉਹਨਾਂ ਦੇ ਪੂਰਾ ਐਕਸ਼ਨ ਹੋਵੇ ਇਹ ਨਾ ਹੋਵੇ ਵੀ ਉਹਨਾਂ ਨੂੰ ਐਂ ਛੱਡ ਦੇਣ ਆਪਦੇ ਪੱਧਰ ਤੇ ਵੀ ਕੁਛ ਕਰ ਰਹੇ ਹੋ ਤੁਸੀਂ ਦਿਨੇ ਹੁੰਨੇ ਜੀ ਅਸੀਂ ਦਿਨੇ ਗੇੜਾ ਮਾਰਦੇ ਆ ਰਾਤ ਨੂੰ ਸਾਥੋਂ ਆਇਆ ਨਹੀਂ ਜਾਂਦਾ ਉਸ ਤੋਂ ਬਾਅਦ ਚ ਚੋਰੀਆਂ ਹੁੰਦੀਆਂ ਅੱਪੀ ਜੀ ਲੱਗਦਾ ਜੇਕਰ ਪੁਲਿਸ ਦੀ ਇੱਥੇ ਪਰਮਾਨੈਂਟ ਹੀ ਕੋਈ ਆਪਣਾ ਲਗਾ ਦਿੱਤੀ ਜਾਵੇ ਸਿਕਿਉਰਿਟੀ ਕੋਈ ਇੱਕ ਜਾਂ ਦੋ ਬੰਦਿਆਂ ਦੀ ਤਾਂ ਉਹਦੇ ਨਾਲ ਕੋਈ ਠੱਲ ਪੈਣ ਦੇ ਅਸਰ ਹੈ
ਚਾਨ ਸਾਹਿਬ ਪੂਰੇ ਬੈਟਰ ਰਹੂਗਾ ਜੀ ਤਾਂ ਉਹ ਤਾਂ ਜੀ ਪੀਣ ਵਾਲੇ ਫੜੇ ਜਾਣਗੇ ਪਰ ਜੇ ਵੇਚਣ ਵਾਲੇ ਨੂੰ ਫੜ ਲੈਣ ਫਿਰ ਤਾਂ ਇੱਥੇ ਪੀਣ ਵਾਲੇ ਵੀ ਨਾ ਹੋਣ ਵੇਚਣ ਵਾਲੇ ਪੁਲਿਸ ਨੂੰ ਪਤਾ ਹੀ ਇਹ ਕੌਣ ਕੌਣ ਵੇਚਦਾ ਇੱਥੇ ਸਾਰਾ ਜਮਾ ਸ਼ਰੇਆਮ ਪਤਾ ਹੁੰਦਾ ਕਿੰਨੇ ਵਾਰੀ ਫੜੇ ਵੀ ਗਏ ਆ ਕੁਛ ਨੀ ਗਾ ਇੱਥੇ ਹੋਮ ਡਿਲੀਵਰੀਆਂ ਹੋਣ ਲੱਗ ਜਾਣਗੀਆਂ ਕਾਰਾਂ ਵੱਡੀਆਂ ਵੱਡੀਆਂ ਆ ਕੇ ਖੜਨ ਲੱਗ ਪੈਂਦੀਆਂ ਸਾਡੇ ਘਰਾਂ ਕੋਲ ਇੱਥੇ ਗੇੜੇ ਮਾਰੀ ਜਾਂਦੇ ਕਾਰਾਂ ਦਿਖਾ ਦੇ ਕਾਰਾਂ ਵਾਧੂ ਹੱਥ ਮਲਾਉਂਦੇ ਫੜਾ ਜਾਂਦੇ ਆ ਜੀ ਸਾਰਾ ਪਤਾ ਉੱਤੋਂ ਵਾਧੂ ਵਾਰੀ ਫੜੇ ਵੀ ਅਸੀਂ ਕਈ ਵਾਰ ਇਹਨਾਂ ਨੂੰ ਉੱਤੋਂ ਫੜਿਆ ਵੀ ਪਰ ਉਹਨਾਂ ਨੂੰ ਕਰਕੇ ਕੀ ਫੜ ਕੇ ਜੋ ਅੱਗੋਂ ਆ ਕੇ ਉਹ ਤਾਂ ਕੰਬਣ ਲੱਗ ਪੈਂਦਾ ਦੇਖ ਕੇ ਸਾਨੂੰ ਵੀ ਉਹਨਾਂ ਨੂੰ ਆਇਆ ਹੋ ਜਾਂਦਾ ਇੱਕ ਦਿਨ ਮੈਂ ਅੱਗੋਂ ਫੜੇ ਸੀਗੇ ਸਾਡੇ ਗੇਟ 'ਚ ਬੈਠੇ ਸੀਗੇ ਅਤੇ ਮੈਂ ਭਜਾ ਕੇ ਮੋਟਰਸਾਈਕਲ ਉਹਨਾਂ ਨੂੰ ਇਹ ਹੋ ਗਿਆ ਕਿਤੇ ਵੀ ਉਹਨੂੰ ਪੁਲਿਸ ਵਾਲੇ ਆ ਗਏ ਉਹ ਦੇਖ ਕੇ ਕੰਬਣ ਲੱਗ ਗਏ ਉਹ ਆਪ ਨੂੰ ਵੀ ਤਰਸ ਆ ਜਾਂਦਾ ਵੀ ਇਹਨਾਂ ਦਾ ਕੀ ਕਸੂਰ ਆਇਆ ਉੱਥੇ ਸਰਿੰਜਾ ਤੁਹਾਨੂੰ ਦਿਖਾ ਦਿੰਦੇ ਜਾ ਕੇ ਇੱਥੇ ਬਾਥਰੂਮ 'ਚ ਇੱਕ ਵਾਰੀ ਦੇਖ ਲਓ ਜਾ ਕੇ ਤੁਹਾਨੂੰ ਮਿਲ ਜਾਣਗੀਆਂ ਵੱਧ ਨਹੀਂ ਬਹੁਤ ਜ਼ਿਆਦਾ ਪਰਸੋਂ ਜੀ ਇੱਥੋਂ ਦੁਬੱਲੇ ਜੀ ਬਾਥਰੂਮ 'ਚ ਬੈਠੇ ਸੀਗੇ ਰਾਮਬਾਗ ਜਿੱਥੋਂ ਦੋ ਮੁੰਡੇ ਇੰਜੈਕਟ ਕਰੀ ਜਾਂਦੇ ਜੀ ਜਦੋਂ ਗਏ ਕੋਲ ਉਹ ਵੀ ਘਬਰਾ ਗਏ ਬਾਹਰ ਉਹਨਾਂ ਦਾ ਇੱਕ ਭਤੀਜਾ ਖੜਾ ਜੀ ਛੋਟੀ ਜਿਹੀ ਉਮਰ ਦਾ ਉਹ ਚਾਰਾ ਸਾਨੂੰ ਦੇਖ ਕੇ ਰੋਣ ਲੱਗ ਗਿਆ ਉਹਦੋਂ ਬਾਅਦ ਜਦੋਂ ਬੱਚੇ ਨੂੰ ਦੇਖ ਕੇ ਅਸੀਂ ਥੋੜ੍ਹੇ ਢਿੱਲੇ ਪੈ ਗਏ ਵੀ ਉਹਦੇ ਮੂੰਹ ਨੂੰ ਅਸੀਂ ਨਹੀਂ ਛੱਡ ਗੁਰਪਿਆਰਿਓ ਬੇਸ਼ੱਕ ਪੰਜਾਬ ਪੁਲਿਸ ਵੱਡੇ ਵੱਡੇ ਦਾਅਵੇ ਕਰ ਰਹੀ ਹੋਏ ਨਸ਼ਾ ਤਸਕਰਾਂ ਤੇ ਜਾਂ ਨਸ਼ੇੜੀਆਂ ਤੇ ਨੱਥ ਪਾਉਣ ਲਈ ਪਰ ਸ੍ਰੀ ਮੁਕਤਸਰ ਸਾਹਿਬ ਗਿੱਦੜਬਾਹਾ ਦੀ ਪੁਲਿਸ ਇਹਨਾਂ ਚੋਰ ਨਸ਼ੇੜੀਆਂ ਉੱਤੇ ਨੱਥ ਪਾਉਣ ਲਈ ਫੇਲ ਨਜ਼ਰ ਆ ਰਹੀ ਹੈ ਜਿਸ ਕਰਕੇ ਇਲਾਕਾ ਵਾਸੀਆਂ ਵਿੱਚ ਗੁੱਸਾ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਤਾਂ ਹੀ ਇਲਾਕਾ ਵਾਸੀ ਕਹਿ ਰਹੇ ਨੇ ਕਿ ਪੁਲਿਸ ਦੀ ਅਜਿਹੀ ਨਲਾਇਕੀ ਦੇ ਉੱਤੇ ਪੁਲਿਸ ਨੂੰ ਵਰਲਡ ਕੱਪ ਦੇਣਾ ਬਣਦਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਖਾਕੀ ਵਿੱਚ ਤੈਨਾਤ ਤਨਦੇਹੀ ਦੇ ਨਾਲ ਕੰਮ ਕਰਨ ਵਾਲੇ ਇਹਨਾਂ ਨਸ਼ੇੜੀਆਂ ਨੂੰ ਕਿੱਦਾਂ ਧਰ ਦਬੋਚਦੇ ਨੇ ਤਾਂ ਜੋ ਆਏ ਦਿਨ ਹੁੰਦੀਆਂ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ ਹਾਂਜੀ ਸਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜੀ ਬਲਕਰਮ ਸਿੰਘ ਕਿੰਗਰਾ ਉਰਫ ਕਾਕਾ ਪਹਿਲਵਾਨ ਕਾਕਾ ਜੀ ਕੀ ਗੱਲ ਕੀ ਹੋਈ ਹੈ ਇਹ ਜੀ 1983 ਦੇ ਵਿੱਚ ਸਾਡਾ ਅਖਾੜਾ ਬਣਿਆ 2002 ਦੇ ਵਿੱਚ ਇਹਨੂੰ ਰਜਿਸਟਰਡ ਕਰਵਾਇਆ ਕੀ ਨਾਮ ਹੈ ਜੀ ਮਹਾਂਵੀਰ ਕੁਸ਼ਤੀ ਅਖਾੜਾ ਕਲੱਬ ਗਿੱਦੜਬਾਹਾ 1489 ਨੰਬਰ ਹੈ ਇਹਦੇ ਹੁਣ ਜੀ 10ਵੀਂ ਵਾਰ ਤਾਲਾ ਟੁੱਟ ਚੁੱਕਿਆ ਕੰਪਲੇਟਾਂ ਵੀ ਲਿਖਾਈਆਂ ਥਾਣੇ ਕੋਈ ਚੋਰ ਫੜਿਆ ਨਹੀਂ ਗਿਆ ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਫੜਿਆ ਤੇ ਆਹ 10ਵੀਂ ਵਾਰ ਹੁਣ ਤਾਲਾ ਟੁੱਟ